ਡੇਰਾ ਮੁਖੀ ਰਾਮ ਰਹੀਮ 20 ਸਾਲ ਦੀ ਸਜ਼ਾ ਸੁਨਾਰੀਆ ਜੇਲ੍ਹ ਵਿਚ ਕੱਟ ਰਿਹਾ ਹੈ ਤੇ ਹੁਣ ਆ ਸਕਦਾ ਇਕ ਹੋਰ ਬਹੁਤ ਵੱਡਾ ਫੈਸਲਾ ਪੱਤਰਕਾਰ ਛਤਰਪਤੀ ਦੇ ਕੇਸ ਦਾ ਤੇ ਰਣਜੀਤ ਸਿੰਘ ਦੇ ਕਤਲ ਕੇਸ ਦਾ 11 ਜਨਵਰੀ ਨੂੰ ਇਸ ਦੀ ਸੁਣਵਾਈ ਹੋਣ ਜਾ ਰਹੀ ਹੈ। ਬੁੱਧਵਾਰ ਨੂੰ ਫੈਸਲੇ ਦੀਆਂ ਸਾਰੀਆਂ ਦਲੀਲਾਂ ਖਤਮ ਹੋ ਚੁੱਕੀਆਂ ਨੇ, ਹੁਣ ਸਭ ਨੂੰ ਇੰਤਜ਼ਾਰ ਹੈ ਤਾਂ ਇਸ ਦੇ ਫੈਸਲੇ ਦਾ। ਜ਼ਿਕਰਯੋਗ ਹੈ ਕਿ ਫੈਸਲਾ ਮਾਨਯੋਗ ਜੱਜ ਜਗਦੀਪ ਸਿੰਘ ਹੀ ਸੁਣਾਉਣਗੇ ਜਿਨ੍ਹਾਂ ਨੇ ਪਹਿਲਾਂ ਰਾਮ ਰਹੀਮ ਦਾ ਫੈਸਲਾ ਸੁਣਾਇਆ ਸੀ। ਇੱਥੇ ਇਹ ਵੀ ਦੱਸ ਦਈਏ ਕਿ ਡੇਰਾ ਮੁਖੀ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਵੀ ਜਾਰੀ ਹੋ ਚੁੱਕੇ ਨੇ। ਸਿਕਿਉਰਿਟੀ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਔਰ ਵੇਖਣਾ ਹੁਣ ਇਹ ਹੋਏਗਾ ਕਿ 11 ਜਨਵਰੀ ਨੂੰ ਡੇਰਾ ਮੁਖੀ ਰਾਮ ਰਹੀਮ ਤੇ ਕੀ ਫੈਸਲਾ ਆ ਸਕਦਾ ਹੈ।